ਧਨੀ ਬਿਸਿਆਰ ਤੂੰ
ਅੰਧਲੇ ਕੀ ਟੇਕ ਤੇਰੀ ਟੇਕ।
ਤੁਝ ਬਿਨ ਨਿਮਖ ਨਾ ਜਾਈ ਰਹਿਣਾ, ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਜਿਉਂ ਤੁਮ ਰੱਖੋ ਤਿਵੇਂ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹਿ ਕਰਨਾ, ਜਿਹੇ ਵੇਖੋ ਤਹਾਂ ਤੁਮ ਬਸਣਾ, ਨਿਰਭਉ ਨਾਮ ਜਪੋ ਤੇਰਾ ਰਸਨਾ, ਤੂੰ ਮੇਰੀ ਨੌ ਨਿਧ, ਤੂੰ ਭੰਡਾਰ, ਰੰਗ ਰਸਾਂ ਤੂੰ ਮਨ ਹੈ ਆਧਾਰ, ਤੂੰ ਮੇਰੀ ਸ਼ੋਭਾ, ਤੂੰ ਮੇਰੀ ਸ਼ੋਭਾ, ਤੂੰ ਸੰਗ ਰਚਿਆ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਮਨ ਤਨ ਅੰਤਰ ਤੂੰ ਹੀ ਧਿਆਇਆ, ਮਰਮ ਤੁਮਾਰਾ ਆਇਆ, ਸਤਿਗੁਰ ਤੇ ਦ੍ਰਿੜਿਆ ਇੱਕ ਕੈ, ਨਾਨਕ ਦਾਸ ਹਰ 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 ਟੇਕ, ਨਾਨਕ ਦਾਸ ਹਰ 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 ਟੇਕ, ਮੈਂ ਕਿਤੇ ਤੇਰਾ ਨਾਮ ਮੇਨ ਕੰਮ ਤਾਂ ਸਾਡਾ ਇਹੀ ਹੈ ਨਾ, ਧਨ ਦੌਲਤ ਮਹਿਲ ਮਾੜੀਆਂ ਸਾਹਿਬ ਨੇ ਦਿੱਤੀਆਂ ਨੇ, ਇਸ ਦਰ ਤੋਂ ਆ ਕੇ ਕੇਵਲ ਨਾਮ ਦੀ ਦਾਤ ਅੰਜ ਮੰਗ ਲਈਏ, ਕਿਉਂਕਿ ਉਹਦੇ ਵਿੱਚ ਹੀ ਸਾਰੇ ਸੁੱਖ ਨੇ। ਤਨੋ ਮਨੋ ਹਾਜ਼ਰੀਆਂ ਭਰਦੇ ਹੋਏ ਅਰਦਾਸ ਕਰ ਲਈਏ, ਜੇ ਤੂੰ ਤੁਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾ ਤੜੀ, ਨਿਤ ਹਿਰਦੇ ਰੱਖਾਂ ਸਮਾਲ। ਆਓ ਨਿਮਾਣੇ ਨਿਤਾਣੇ ਹੋ ਕੇ ਅੰਦਰੋਂ ਜੁੜ ਕੇ, ਨੇਤਰ ਪੁਨੀਤ ਬਹਿ ਦਰਸ ਪੇਖੇ ਮਾਥੇ ਪਰੋਂ ਰਵਾਲ, ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰੇ ਹਿਰਦੇ ਵਸੋ ਗੋਪਾਲ। ਅੰਦਰੋਂ ਜੁੜ ਕੇ ਅਰਦਾਸ ਕਰਾਂਗੇ ਨਾ,
ਤੇ ਸਾਹਿਬ ਕਹਿਣ ਲੱਗੇ ਬਿਰਥੀ ਕਦੇ ਨਾ ਹੋਵੇ ਜਿਨਕੀ ਅਰਦਾਸ। ਸੱਚ ਕਰਕੇ ਜਾਣਿਓ ਜੇ ਕਿਸੇ ਇੱਕ ਦੀ ਵੀ ਹਾਜ਼ਰੀ ਜੇ ਸ਼ਬਦ ਰਾਹੀਂ ਪ੍ਰਵਾਨ ਹੋ ਗਈ ਨਾ ਤੇ ਕੱਲ ਦਾ ਜਿਹੜਾ ਸੂਰਜ ਚੜ੍ਹਨਾ ਹੈ ਨਾ ਉਹਦੇ ਵਿੱਚ ਸਾਡਾ ਜੀਵਨ ਵੀ ਬਦਲਿਆ ਨਜ਼ਰ ਆਵੇਗਾ। ਆਓ ਆਪਣੇ ਆਪ ਨੂੰ ਪੂਰਨ ਤੌਰ 'ਤੇ ਬਦਲ ਲਈਏ। ਕੋਈ ਰਸਨਾ ਵਾਂਝੇ ਨਾ ਰਹੇ ਜੀ, ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ।